ਅੱਜ 13 ਪੋ 28 ਦਸੰਬਰ ਜਿਸ ਦਿਨ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਾਰ ਸਿੰਘ ਜੀ ਜਿਨ੍ਹਾਂ ਨੂੰ ਨਿਹਾਂ ਦੇ ਵਿੱਚ ਚੁਨਾਇਆ ਗਿਆ ਉਹ ਵਜੀਦ ਖਾਨ ਜੋ ਉਹਨਾਂ ਨੂੰ ਇਸਲਾਮ ਕਬੂਲ ਕਰਾਉਣਾ ਚਾਹੁੰਦਾ ਸੀ ਪਰ ਉਹਨਾਂ ਦੀਆਂ ਸ਼ਹਾਦਤਾਂ ਅੱਜ ਵੀ ਸੰਗਤਾਂ ਯਾਦ ਕਰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਹੋਇਆ ਸੀ ਕਿ ਅੱਜ ਦਾ ਦਿਨ 10 ਵਜੇ ਤੋਂ ਲੈ ਕੇ 11 ਵਜੇ ਤੱਕ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਵੇ ਮੂਲ ਮੰਤਰ ਦਾ ਪਾਠ ਕੀਤਾ ਜਾਵੇ ਸੋ ਕਹ ਲਈਏ ਸੰਗਤਾਂ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਜੋੜਾ ਘਰ ਵਿਖੇ ਜੋ ਸੇਵਾ ਕਰਦੇ ਨੇ ਉਹਨਾਂ ਸੰਗਤਾਂ ਵੱਲੋਂ ਅੱਜ ਮੂਲ ਮੰਤਰ ਦਾ ਪਾਠ ਕੀਤਾ ਗਿਆ ਸਤਨਾਮ ਵਾਈਗੁਰੂ ਦਾ ਜਾਪ ਕੀਤਾ ਗਿਆ ਸੋ ਦੇਖ ਸਕਦੇ ਹੋ ਇਹ ਸੰਗਤਾਂ ਬੈਠੀਆਂ ਹੋਈਆਂ ਨੇ ਜੋੜੇ ਘਰ ਦੇ ਵਿੱਚ ਜੋ ਸੇਵਾਕਾਰੀਆਂ ਸੀ ਉਹਨਾਂ ਵੱਲੋਂ ਕੁਝ ਸਮਾਂ ਕੱਢ ਕੇ ਇਸ ਜਗ੍ਹਾ ਤੇ ਅੱਜ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕੌਮ ਲਈ ਕਾਲੀਏ ਕੀ ਸਾਰਾ ਸਰਬੰਸ ਵਾਰ ਦਿੱਤਾ ਪਿਤਾ ਦਸ਼ਮੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਜੇਕਰ ਆਪਾਂ ਸਿਰ ਤੇ ਸੋਹਣੀਆਂ ਦਸਤਾਰਾਂ ਸਜਾ ਰਹੇ ਤਾਂ ਉਹਨਾਂ ਦੀ ਬਦੌਲਤ ਅੱਜ ਸਿਰ ਤੇ ਦਸਤਾਰ ਸੰਭਾਲੀ ਰੱਖੀ ਆ ਤਾਂ ਸੰਗਤਨ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਕਿੱਦਾਂ ਯਾਦ ਕੀਤਾ ਜਾ ਰਿਹਾ ਬਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਬਬਈ ਤੁਹਾਡਾ ਸਰਬਜੀਤ ਸਿੰਘ ਜੀ ਨਿੱਕਿਆ ਨਿੱਕਿਆ ਜਿੰਦਾ ਸਭ ਤੋਂ ਨਿੱਕੀ ਉਮਰ ਸੀ ਆਪਣੀ ਸ਼ਹਾਦਤ ਦੀ ਜੇਕਰ ਗੱਲ ਕਰੀਏ 7 ਸਾਲ ਤੇ 9 ਸਾਲ ਜਿਨ੍ਹਾਂ ਨੇ ਈਨਾਂ ਮੰਨੀ ਇਸਲਾਮ ਨਾ ਕਬੂਲ ਕੀਤਾ ਵਜੀਦ ਖਾਨ ਦਾ ਜਿਹੜੀ ਈਗੋ ਸੀਗੀ ਉਹਦਾ ਹੰਕਾਰ ਸੀਗਾ ਉਹ ਚੂਰੂ-ਚੂਰ ਹੋ ਗਿਆ ਸੀ ਹਾਂਜੀ ਹਾਂਜੀ ਇਹ ਗੁਰੂ ਸਾਹਿਬ ਜੀ ਦਿੱਤੀ ਹੋਣੀ ਇਹਨਾਂ ਦੀ ਸਿੱਖੀ ਦੀ ਗੁੜਤੀ ਸੀ ਜਿਹਦੇ ਕਰਕੇ ਜਿਹੜੇ ਬਾਬੇ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਜਿਹੜੀਆਂ ਅਸ਼ੀਧੀਆਂ ਪ੍ਰਾਪਤ ਕੀਤੀਆਂ ਨੇ ਉਹਦੀ ਏਨ ਨਹੀਂ ਮੰਨੀ ਹੁਣੇ ਮੈਂ ਇਹੋ ਕਹਿਣਾ ਚਾਹਾਂਗਾ ਆਪਣੇ ਤੇ ਨੌਜਵਾਨ ਬੱਚੇ ਨੇ ਵੀ ਸਿੱਖੀ ਵੱਲ ਪਰਤਣ ਤੇ ਸਿੱਖੀ ਨੂੰ ਹੋਰ ਉੱਚਾ ਖੜੀਆ ਸੀ ਇਹਦੀ ਬਹੁਤ ਜ਼ਰੂਰਤ ਹੈ ਬਾਣੀ ਨਾਲ ਜੋੜਨ ਬਾਣੀ ਨਾਲ ਜੋੜੂ ਕਹ ਲਈ ਕਿ ਸਿੱਕੀ ਖਾਤਰ ਉਹਨਾਂ ਨੇ ਸਾਰਾ ਸਰਬੰਸ ਵਾਰਿਆ ਹੋਰ ਸ਼ਹਾਦਤਾਂ ਹੋਈਆਂ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਯਾਦ ਕਰਦੇ ਪਏ ਸਾਰਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਨੇ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ ਕਸ਼ਮੀਰੀ ਪੰਡਤਾਂ ਦਾ ਕਹ ਲਈ ਕਿ ਰਾਖਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਸੀਸ ਦੇ ਦਿੱਤਾ ਜਦੋਂ ਕਸ਼ਮੀਰੀ ਪੰਡਤ ਉਹਨਾਂ ਕੋਲ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਮਹਾਨ ਸਖਸ਼ਿਤ ਉਹਨਾਂ ਨੇ ਕਿਹਾ ਕਿ ਸੀਸ ਚਾਹੀਦਾ ਹੈ ਬਲੀਦਾਨ ਚਾਹੀਦਾ ਫਿਰ ਉਹਦੇ ਪਿਤਾ ਦਸ਼ਮੇਸ਼ ਜੀ ਨੇ ਆਖਿਆ ਕਿ ਤੁਹਾਡੇ ਤੋਂ ਮਹਾਨ ਸਖਸ਼ਿਤ ਕੌਣ ਹੋ ਸਕਦੀ ਹੈ ਸੋ ਅੱਜ ਸ਼ਹਾਦਤਾਂ ਨੂੰ ਯਾਦ ਕਰਦੇ ਪਏ ਆ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਆ ਬਾਣੀ ਅਵਿਚਾਰਦੇ ਪਏ ਆ ਹੋਰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹੋਰ ਜੇ ਇਹੋ ਸੰਦੇਸ਼ ਸਾਬ ਚਲੋ ਬਾਣੀ ਨਾਲ ਜੁੜਨਾ ਚਾਹੀਦਾ ਜੀ ਬਾਣੀ ਬਾਣੀ ਨਾਲ ਜੁੜੋ ਨਾਮ ਸਿਮਰਨ ਕਰੋ ਵਾਦ ਤੋਂ ਬਾਅਦ ਹਾਂ ਆਪਣੇ ਬੱਚਿਆਂ ਨੂੰ ਵੀ ਜੋੜੋ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਵੇਰੇ ਸੰਪਰਨ ਨਾਲ ਜੋੜੋ ਨਿਤਨੇਮ ਨਾਲ ਜੋੜੋ ਸੰਗਤੀ ਰੂਪ ਸਵੇਰੇ ਤੇ ਸ਼ਾਮੀ ਘਰਾਂ 'ਚ ਨਿਤਨੇਮ ਹੋਣਾ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਘਰ ਤੋਂ ਗੁਰਤੀ ਦਵਾਂਗੇ ਬਾਣੀ ਦੀ ਤੇ ਫੇਰੀ ਗੱਲ ਬਣ ਗਈ ਪਹਿਲਾਂ ਜਦ ਅੰਗਰੇਜ਼ਾਂ ਦਾ ਟਾਈਮ ਤੇ ਸੀ ਉਹ ਤੋਂ ਗੁਰਦੁਆਰਿਆਂ ਦੇ ਵਿੱਚ ਸੀ ਸਕੂਲ ਗੁਰਦੁਆਰਿਆਂ ਦੇ ਵਿੱਚ ਹੁੰਦੇ ਸੀ ਜਿਹੜਾ ਗੁਰਦੁਆਰਾ ਦਾ ਗਿਆਨੀ ਹੁੰਦਾ ਸੀ ਉਹ ਪਹਿਲਾਂ ਗੁਰਮੁਖੀ ਪੜਾਉਂਦੇ ਹੁੰਦੇ ਸੀ ਬੱਚਿਆਂ ਨੂੰ ਉਹ ਤੋਂ ਗੁਰਮਤੀ ਗੁਰਤੀ ਮਿੱਲਿਸਾਂ ਨੂੰ ਹੁਣ ਜਿਹੜੇ ਕਨਵਰਟ ਸਕੂਲ ਆ ਗਏ ਨੇ ਇਹਦੇ ਤੀਸਰੀ ਕਲਾਸ ਜਾ ਕੇ ਆਪਣੀ ਪੰਜਾਬੀ ਸ਼ੁਰੂ ਕਰਦੇ ਨੇ ਬਿਲਕੁਲ ਉਹ ਬੱਚੇ ਸਿੱਖੀ ਤੋਂ ਇਸ ਇਹ ਵੀ ਕਾਰਨ ਹੈ ਬੱਚੇ ਸਿੱਖੀ ਤੋਂ ਦੂਰ ਜਾਂਦੇ ਇਹ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਵੀ ਸ਼ੁਰੂ ਤੋਂ ਹੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਪੈਂਤੀ ਅੱਖਰ ਪੜ੍ਹਾਉਣ ਜਿਹੜਾ ਨਾਮ ਬਣੀ ਜਪਾਉਣ ਮੂਲ ਮੰਤਰ ਜਪਾਉਣ ਉਸ ਤੋਂ ਬਾਅਦ ਬਾਣੀਆਂ ਦਾ ਜਾਪ ਕਰਾਉਣ ਇਹ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਭਈ ਵਾਹਿਗੁਰੂ ਜੀ ਕਾ ਖਾਲਸਾ ਵੇ ਕੀ ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੱਜ ਸ੍ਰੀ ਅਕਾਲ ਤਾ ਸਹਿਬ ਤੋਂ ਹੋਏ ਹਦੇਸ਼ ਅਨਸਾਰ ਜੋ ਛੋਟੇ ਸਹਿਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਜਿਹਦਾ ਅੱਜ ਸ਼ਹੀਦੀ ਦਿਹਾੜਾ ਹੈ ਛੋਟੀਆਂ ਜਿੰਦਾ ਨੂੰ ਅੱਜ ਦੇ ਦਿਨ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਮਗਲ ਹਕੂਮਤਾਂ ਮਤਲਬ ਜਿੰਦੇ ਜੀ ਜਿਹੜੀ ਆ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦੀ ਸ਼ਹੀਦ ਕੀਤਾ ਅਸੀਂ ਪੰਜਾਬ ਸਰਕਾਰਾਂ ਨੂੰ ਪੁੱਛਣਾ ਚਾਹੁੰਨੇ ਹਾਂ ਕਿ ਐਡੇ ਐਡੇ ਇਤਿਹਾਸਤਾਨਾਂ ਦੇ ਜਿਹੜੇ ਆ ਵੱਡੇ ਵੱਡੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰਬੰਸ ਜਿਹੜਾ ਸਾਰਾ ਹੀ ਪਰਿਵਾਰ ਇੱਕ ਦੇਸ਼ ਲਈ ਕੌਮ ਲਈ ਵਾਰ ਦਿੱਤਾ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਇਹਨਾਂ ਧਾਰਮਿਕ ਸਥਾਨਾਂ ਦੇ ਲਾਗੇ ਜਿੰਨੇ ਵੀ ਸਾਡੇ ਤਖਤ ਹਨ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਜਿੱਥੇ ਛੋਟੀਆਂ ਜਿੰਦਾ ਨੇ ਉਹ ਸਹੀਦ ਕੀਤਾ ਗਿਆ ਨੀਆਂ ਦੇ ਵਿੱਚ ਫਤਿਹਗੜ੍ਹ ਸਾਹਿਬ ਉਹਨਾਂ ਧਾਰਮਿਕ ਸਥਾਨਾਂ ਦੇ ਲਾਗੇ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਪਾਣ ਬੀੜੀਆਂ ਦੀਆਂ ਦੁਕਾਨਾਂ ਪੱਕੇ ਤੌਰ ਤੇ ਜਿਹੜੀਆਂ ਬੰਦ ਹੋ ਕੇ ਜਿਹੜੀਆਂ ਪਵਿੱਤਰ ਸ਼ਹਿਰ ਦਾ ਐਲਾਨ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਜੋ ਪੰਜਾਬ ਸਰਕਾਰ ਨੇ ਕਿਹਾ ਕਿ ਤਿੰਨ ਦਿਨ ਜਿਹੜੇ ਸ਼ਰਾਬ ਦੇ ਠੇਕੇ ਫਤੇ ਗੜ ਸਾਹਿਬ ਬੰਦ ਕੀਤੇ ਜਾਣ ਅਸੀਂ ਆਨੇ ਪੱਕੇ ਤੌਰ ਤੇ ਜਿਹੜੇ ਵੱਡੇ ਵੱਡੇ ਧਾਰਮਿਕ ਸਥਾਨ ਹੈ ਇਹ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਿੱਖ ਇਤਿਹਾਸ ਨੂੰ ਜਦੋਂ ਸਕੂਲਾਂ ਦੇ ਵਿੱਚ ਪ੍ਰੇਰ ਹੁੰਦੀ ਹੈ ਉੱਥੇ ਦਸਾਂ ਗੁਰੂਆਂ ਦੇ ਨਾਮ ਪੰਜ ਪਿਆਰਿਆਂ ਸਹਿਬਾਂ ਦੇ ਨਾਮ ਚਾਰ ਸਹਿਬਜ਼ਾਦਿਆਂ ਦੇ ਨਾਮ ਜਿਹੜੇ ਪ੍ਰੇਰ ਦੇ ਵਿੱਚ ਹਰ ਸਕੂਲ ਦੇ ਵਿੱਚ ਲਾਜ਼ਮੀ ਕਰਨੇ ਚਾਹੀਦੇ ਹਨ ਤਾਂ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਕੇ ਸਾਡੇ ਦਸਾਂ ਗੁਰੂਆਂ ਦਾ ਇਤਿਹਾਸ ਕੀ ਹੈ ਅਤੇ ਹੋਰ ਜਿਹੜਾ ਜਿੰਦਾ ਇਤਿਹਾਸ ਹੈ ਸਾਡਾ ਉਹ ਜਿਹੜੀ ਹੈ ਉਹਨਾਂ ਦੇ ਅੰਦਰ ਜਿਹੜੀ ਹੈ ਗ੍ਰਹਿਣ ਹੋ ਸਕੇ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਪੰਜਾਬ ਦੀ ਨੌਜਵਾਨੀ ਨਸਿਆਂ ਵੱਲ ਅਤੇ ਦਸਤਾਰ ਦੀ ਜਗ੍ਹਾ ਟੋਪੀਆਂ ਪਹਿਨ ਰਹੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਪਾਹੁਲ ਦੀ ਅਮਰ ਸਾਖ ਕੇ ਜਿਹੜੀ ਆ ਮੁੱਖ ਧਾਰਾ ਦੇ ਵਿੱਚ ਅਮਰ ਸਾਖ ਕੇ ਜਿਹੜੇ ਸਿੰਘ ਸਜਣ ਤੇ ਨਸਿਆਂ ਤੋਂ ਪ੍ਰੇਰਿਤ ਕਰਨ ਇਹੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੇਵਾ ਦਰਿਆ ਜਿਹੜਾ ਨਸਿਆਂ ਦਾ ਚੱਲ ਰਿਹਾ ਹੈ ਇੱਧਰ ਜਿਹੜੀ ਆ ਠੁਕਮਾ ਜਿਹੜੀ ਆ ਆਵਾਜ਼ ਠਾਕੇ ਇਨੂੰ 7ਵੇਂ ਦਰਿਆ ਨੂੰ ਬੰਦ ਕਰੋ ਤਾਂ ਜੋ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਹਰ ਪਿੰਡ ਦੇ ਵਿੱਚ ਕਸਮਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀ ਗਲਤਾਨ ਹੋ ਰਹੀ ਹੈ ਉਹ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਅੱਜ ਜਿਵੇਂ ਸੰਖਤਾ ਨਹੀਂ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕੀਤਾ ਹੋਰ ਵੀ ਸੰਖਤਾ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰ ਰਹੇ ਹਾਂ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਂ ਮਸਜਦ ਨੂੰ ਬਰਨ ਕਰਦਾ ਹਾਂ ਜੀ ਹਾਂ ਜੀ ਅੱਜ ਤੁਸੀਂ ਪਹੁੰਚੇ ਹੋ ਇੱਥੇ ਬਾਣੀ ਵੀ ਪੜੀ ਹੈ ਨਾਲ ਸੰਗਤਾਂ ਦੀ ਸੰਗਤਾਂ ਦੇ ਵਿੱਚ ਬੈਠ ਕੇ ਸ਼ਹਾਦਤਾਂ ਨੂੰ ਵੀ ਯਾਦ ਕੀਤਾ ਹੈ ਸਭ ਤੋਂ ਛੋਟੀ ਉਮਰ ਸੀ ਕੀ ਉਹਨਾਂ ਦੀ ਕੀ ਕਹਿਣਾ ਚਾਹੁੰਦੇ ਹਾਂ ਜੀ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਪਹਿਲਾਂ ਹੀ ਦੱਸਿਆ ਹੈ ਕਿ ਅੱਜ ਅਸੀਂ ਦੀ ਦਿਨ ਛੋਟੇ ਸਾਹਿਬ ਜੀ ਦੀ ਜਾਦ ਉਸ ਦਿਨ ਮਨਾਇਆ ਜਾਂਦਾ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਮੂਲ ਮੰਤਰੀ ਸਾਹਿਬ ਦਾ ਜਾਬ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਹਰਦੇਸ਼ ਦਿੱਤੇ ਸੀ ਤੇ ਸਾਨੂੰ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਸ਼ਹੀਦੀ ਹੈ ਉਹਨਾਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਹੈ ਉਹਦੇ ਬਾਰੇ ਤੇ ਜਿਹੜੀ ਗਵਰਨਮੈਂਟ ਦੀ ਇਹ ਬਹੁਤ ਰੋਲ ਹੈ ਜਿੱਤਾਂ ਛੇਵਾ ਦਰਿਆਨ ਨਸ਼ਿਆਂ ਦਾ ਦਰਾ ਚੱਲਦਾ ਪਿਆ ਉਹਨੂੰ ਗਵਰਨਮੈਂਟ ਨੂੰ ਰੋਕਣਾ ਚਾਹੀਦਾ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਜਿਹੜੀ ਉਹ ਮਤਲਬ ਅਗਲ ਰਸਤੇ ਤੁਰਪੀ ਹੋਈ ਹੈ ਤੋ ਬਸ ਮੇਰੇ ਲਈ ਸਾਰਿਆਂ ਨੂੰ ਹੈ ਕਿ ਆਪਣੇ ਘਰਾਂ ਵਿੱਚ ਇਹੋ ਜਿਹਾ ਮਾਹੌਲ ਦਿਓ ਵੀ ਆਪਣੇ ਬੱਚੇ ਜਿਹੜੇ ਨੇ ਉਹ ਇਹਨਾਂ ਤੋਂ ਫਾਲੋ ਕਰਨ ਇਹਨਾਂ ਦੀ ਜਿਹੜੀਆਂ ਉਪਦੇਸ਼ ਨੇ ਮਹਾਰਾਜ ਜੀ ਆ ਉਹਨਾਂ ਨੂੰ ਫਾਲੋ ਕੀਤਾ ਜਾਵੇ। ਹਾਂਜੀ। ਹੋਰ ਸੰਤਾਂ ਨਾਲ ਗੱਲਬਾਤ ਕਰਦੇ ਆਂ। ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਕਿ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ? ਤਾਂ ਸ਼ਰਮਨਦੀਪ ਸਿੰਘ ਖਹਿਰਾ। ਮੈਂ ਯੂਪੀ ਤੋਂ ਆਇਆ ਜੀ ਉੱਤਰ ਪ੍ਰਦੇਸ਼ ਤੋਂ। ਅੱਜ ਦਰਸ਼ਨ ਦੇਦਾਰੀ ਕੀਤੀ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ 'ਚ ਬੈਠ ਕੇ ਗੁਰਬਾਣੀ ਦਾ ਵੀ ਆਨੰਦ ਮਾਣ ਰਿਹਾ। ਕਿੱਦਾਂ ਯਾਦ ਕਰ ਰਹੇ ਹੋ ਸ਼ਹਾਦਤ? ਜੀ ਦੇਖੋ ਇਹ ਜਿਹੜਾ ਹਫਤਾ ਚੱਲ ਰਿਹਾ ਨਾ ਇਹ ਦੇ ਵਿੱਚ ਤੇ ਇਹਨੂੰ ਮਤਲਬ ਬੜਾ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਨੂੰ ਪੜ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਉਹ ਸ਼ਹਾਦਤ ਨੂੰ ਯਾਦ ਕਰਨਾ ਚਾਹੀਦਾ ਆ ਤੇ ਇੱਕ ਆਪਣੇ ਅੰਦਰ ਉਹ ਫੀਲਿੰਗ ਲੈ ਆਉਣੀ ਚਾਹੀਦੀ ਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਬੱਚਿਆਂ ਨੇ ਗੁਰੂ ਸਾਹਿਬ ਨੇ ਆਪਣਾ ਪੂਰਾ ਸਰਬੰਸ ਆਪਣੇ ਵਾਸਤੇ ਸਿੱਖ ਕੌਮ ਦੇ ਵਾਸਤੇ ਵਾਰ ਦਿੱਤਾ ਤੇ ਇਸ ਚੀਜ਼ ਨੂੰ ਬੜਾ ਪ੍ਰੇਰਣਾ ਦੇ ਸਰੋਤ ਦੇ ਨਾਲ ਲੈ ਕੇ ਅੱਗੇ ਆਪਣੇ ਬੱਚਿਆਂ ਨੂੰ ਅੱਗੇ ਆਪਣੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਪ੍ਰੇਰਣਾ ਦੇ ਕੇ ਸਿੱਖੀ ਦੇ ਨਾਲ ਜੋੜਨ ਦੀ ਜਿਹੜੀ ਆ ਉਹ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਬਸ ਮੈਂ ਤੇ ਇੰਨਾ ਕਹਿਣਾ ਚਾਹਾਂਗਾ ਕਿ ਸਾਰੇ ਪੈਸ਼ਨ ਮਤਲਬ ਪ੍ਰੇਰਣਾ ਲੈ ਕੇ ਤੇ ਆਪਣੀ ਨਵੀਂ ਪੀੜ੍ਹੀ ਨੂੰ ਜਿਹੜਾ ਉਹ ਆਪਾਂ ਸਿੱਖੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਜੀ ਅੱਜ ਕਹਿ ਲਈ ਕਿ ਕਿਸਾ ਕਰਕੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਜੋ ਕੇਸ ਕਤਲ ਕਰਵਾਉਂਦੇ ਨੌਜਵਾਨ ਉਹਨਾਂ ਲਈ ਕੀ ਸੁਨੇਹਾ ਦੋ ਦੇਖੋ ਜੀ ਜਿਹੜੀ ਦਸਤਾਰ ਹੈ ਨਾ ਕਿਉਂਕਿ ਮੈਂ ਬਾਹਰ ਵੀ ਬਹੁਤ ਸਾਰੀਆਂ ਕੰਟਰੀਜ਼ ਵਿੱਚ ਘੁੰਮਿਆ ਆ ਇੱਕ ਦਸਤਾਰ ਜਿਹੜੀ ਸਾਨੂੰ ਵੱਖਰੀ ਪਛਾਣ ਦਿੰਦੀ ਤੀ ਨਾ ਗੁਰੂ ਸਾਹਿਬ ਨੇ ਇਹ ਤੁਸੀਂ ਅਗਰ ਹਜ਼ਾਰਾਂ ਦੀ ਭੀੜ ਦੇ ਵਿੱਚ ਵੀ ਖੜੇ ਹੋ ਨਾ ਤਾਂ ਵੀ ਤੁਸੀਂ ਪਛਾਣੇ ਜਾਂਦੇ ਹੋ ਵੱਖਰੇ ਤੇ ਜੇਕਰ ਅਸੀਂ ਏਡੀ ਵਧੀਆ ਪਛਾਣ ਆਪਣੀ ਛੱਡ ਕੇ ਆਪਾਂ ਕੇਸ ਕਤਲ ਕਰਾਉਨੇ ਆ ਤੇ ਆਪਾਂ ਉਸ ਗਰਾਹੇ ਚੱਲਦੇ ਆਂ ਤੇ ਫਿਰ ਸਾਡ ਤੇ ਲੱਖ ਦੀ ਲਾਣਤ ਹੈ ਜੀ ਹੈ ਨਾ ਕਿਉਂਕਿ ਲੋਕ ਜਿਹੜੇ ਨੇ ਨਾ ਉਹ ਹੋਰ ਧਰਮਾਂ ਦੇ ਵਿੱਚੋਂ ਕਨਵਰਟ ਹੋ ਕੇ ਸਿੱਖੀ ਸਰੂਪ ਦੇ ਵਿਚਾਰ ਰਹੇ ਨੇ ਇਸ ਕਰਕੇ ਆ ਰਹੇ ਨੇ ਕਿਉਂਕਿ ਇੱਕ ਨਿਆਰਾ ਪੰਥ ਗੁਰੂ ਸਾਹਿਬ ਨੇ ਚਲਾਇਆ ਸੀ ਤੇ ਜੇਕਰ ਅਸੀਂ ਆਪਣੇ ਨਿਆਰੇ ਪੰਥ ਨੂੰ ਛੱਡ ਕੇ ਕੇਸ ਕਤਲ ਕਰਾ ਰਹੇ ਆਂ ਜਾਂ ਆਪਾਂ ਗਲਤ ਰਾਹ ਉੱਤੇ ਜਾ ਰਹੇ ਆਂ ਤੇ ਫਿਰ ਸਾਡ ਤੋਂ ਵੱਡਾ ਮੰਦ ਭਾਗਾ ਹੋਰ ਕੋਈ ਨਹੀਂ ਹੋ ਸਕਦਾ ਜੀ ਤਾਂ ਬਿਲਕੁਲ ਸੰਗਤਾਂ ਜੁਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰ ਰਹੀਆਂ ਨੇ ਜਿੱਥੇ ਅੱਜ ਕਹਿ ਲਈਏ ਕਿ ਜੁੜਾ ਘਰ ਵਿਖੇ ਬੈਠ ਕੇ ਸੰਗਤਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਸਤਨਾਮ ਵਾਇਗਰੂ ਦਾ ਜਾਪ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਲਸਾਨੀ ਮਾਰਚ ਕੱਢਿਆ ਜਾ ਰਿਹਾ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਣ ਵਾਸਤੇ ਸੋ ਅਸੀਂ ਵੀ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਜੁੜੇ ਹੋ ਰਹੇ ਲਿਵਿੰਗ ਇੰਡੀਆ نیوز ਦੇ ਨਾਲ ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ ਅਮਰਸਰ